ਡਿਫੈਂਸਿਕ ਨੈਟਵਰਕ ਨੇ ਬਰਤਾਨੀਆ ਦੇ ਲੋਕਾਂ ਨੂੰ ਸਿੱਖ ਸੱਭਿਆਚਾਰ ਅਤੇ ਧਰਮ ਪ੍ਰਤੀ ਜਾਗਰੂਕਤਾ ਵਧਾਉਣ ਦੇ ਯੋਗ ਬਣਾਉਣ ਤੇ ਸਮੂਹ ਸ਼ਹੀਦਾਂ ਦੀ ਮਿੱਠੀ ਤੇ ਨਿੱਘੀ ਯਾਦ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵਨਿਊ ਸਾਊਥ ਹਾਲ ਦੇ ਵਿੱਚ 3 ਦਿਨਾਂ ਦੇ ਸਮਾਗਮ ਕਰਵਾਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸਰਜੈਂਟ ਸਰਦਾਰ ਰਣਜੀਤ ਸਿੰਘ, ਸਿੱਖ ਚੈਪਲਿਨ ਬੀਬੀ ਮਨਦੀਪ ਕੌਰ ਨੇ ਅਰਦਾਸ ਤੇ ਕੀਰਤਨ ਕੀਤਾ। ਉਹਨਾਂ ਸਿੱਖ ਫੌਜੀਆਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੋ ਅਤੇ ਸਾਡੇ ਸ਼ਹੀਦਾਂ ਦੇ ਅਤੀਤ ਅਤੇ ਵਰਤਮਾਨ ਤੋਂ ਪ੍ਰੇਰਣਾ ਲੈ ਕੇ ਹਥਿਆਰਬੰਦ ਬਲਾਂ ਵਿੱਚ ਧਰਮ ਅਤੇ ਵਿਸ਼ਵਾਸ ਨੇ ਯੰਗਾਂ ਯੁੱਧਾਂ ਦੇ ਵਿੱਚ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ ਹਨ। ਇਸ ਮੌਕੇ ਡਿਫੈਂਸ ਸਿੱਖ ਨੈਟਵਰਕ ਨੇ ਆਮ ਲੋਕਾਂ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਵੀ ਕੀਤਾ। ਸਮਾਗਮ ਵਿੱਚ ਫੌਜ ਦੇ ਕਮਾਂਡਿੰਗ ਅਫਸਰਾਂ, ਮੇਜ਼ਰ ਤੋਂ ਇਲਾਵਾ ਸੀਪੀ ਰਸਵਿੰਦਰ ਸੂਦਨ, ਹਰੀ ਸਿੰਘ, ਰਾਜਵੀਰ ਕੌਰ ਬੱਲ ਤੇ ਦਰਜਨਾਂ ਸਿੱਖ ਫੌਜੀਆਂ ਨੇ ਪਰਿਵਾਰਾਂ, ਬੱਚਿਆਂ ਸਮੇਤ ਸ਼ਹੀਦੀ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਬਰਤਾਨੀਆ ਵਿੱਚੋਂ ਡਿਫੈਂਸ ਸਿੱਖ ਨੈਟਵਰਕ ਦੇ ਵਰਦੀਧਾਰੀ ਮੈਂਬਰਾਂ ਨੇ 72 ਘੰਟੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰ ਮੇਜ਼ਬਾਨੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਇਹ ਪਹਿਲਾ ਮੌਕਾ ਸੀ ਜਦੋਂ ਵੈਸਟ ਲੰਡਨ ਦੇ ਵਿੱਚ UK ਆਰਮਡ ਫੋਰਸਿਸ ਵਿੱਚ ਸਿੱਖਾਂ ਨੂੰ ਸੇਵਾ ਕਰਦੇ ਹੋਏ ਦੇਖਿਆ ਗਿਆ ਤੇ ਸਿੱਖ ਭਾਈਚਾਰੇ ਨਾਲ ਵੱਖ ਵੱਖ ਰੁਝੇਵਿਆਂ ਵਿੱਚੋਂ ਨਿਕਲ ਗੱਲਬਾਤ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ। ਇਸ ਮੌਕੇ ਸਮੂਹ ਸਿੱਖ ਫੌਜੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਫੌਜੀਆਂ ਦੀ ਚੈਰਿਟੀ ਲਈ ਫੰਡ ਇਕੱਠਾ ਕਰਕੇ ਵੀ ਦਿੱਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਹਿੰਮਤ ਸਿੰਘ ਸੋਹੀ, ਸਰਦਾਰ ਕੁਲਵੰਤ ਸਿੰਘ ਪਿੰਡਰ, ਸਰਦਾਰ ਚਰਨਪ੍ਰੀਤ ਸਿੰਘ ਬੱਲ ਨੇ ਸਮੁੱਚੇ ਭਾਈਚਾਰੇ ਵੱਲੋਂ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਬਿਊਰੋ ਰਿਪੋਰਟ, ਐਨਜੈਟ, ਪੰਜਾਬੀ ਨਿਊਜ਼।